बिस्मिल्लाहिर्रहमानिर्रहीम। अस्सलाम वालेकुम साढ़े भैन भाइयों, की हाल ने? उम्मीद करने हैं ठीक ठाक हो। सी भी ठीक अलहमदुलिल्लाह। अल्लाह ताला तुहानू जिथे रखे खुश रखे, आबाद रखे, हमेशा हसते वसते रहो, मुस्कुराते रहो। अल्लाह ताला कोई भी परेशानी तुहाडे ते ना आवन देवे। हर बीमार नू अल्लाह पाक शफा देवे, बेरोज़गार नू रोज़ी देवे, ते अल्लाह पाक हर दे बच्चियां बच्चियां ने नेक नसीब बनावे। अज दे ब्लॉग दा करने आगाज़, तुसीं साडे साथ साथ रहना है माशाल्लाह। सुबह सुबह दा टाइम है ते मैं कि मैं अज्ज भैन भाइयों नाल सलाम बुला लवां। आ वेखो तो ਤਾਂ ਨਜ਼ਰ ਆਉਂਦਾ ਪਿਆ। ਬਾਕੀ ਮਾਸ਼ਾਅੱਲਾ ਅਲਹਮਦੁਲਿਲਾ, ਸ਼ਹਿਰਾਂ ਦੇ ਵਿੱਚ ਤਾਂ ਤੁਹਾਨੂੰ ਸੁਬਹਾ ਸੁਬਹਾ ਗੱਡੀਆਂ ਦੀ ਆਵਾਜ਼ ਆਉਂਦੀਆਂ ਨੇ ਸੁਣਨ ਨੂੰ, ਅਤੇ ਇੱਥੇ ਮਾਸ਼ਾਅੱਲਾ ਗਾਓਂ ਦੇ ਵਿੱਚ ਨਾ ਪਿੰਡਾਂ 'ਚ ਸੁਬਹਾ ਸੁਬਹਾ ਹੀ ਨਾ ਪਰਿੰਦਿਆਂ ਦੀ ਆਵਾਜ਼ ਆਉਂਦੀਆਂ ਨੇ, ਅਤੇ ਮੈਨੂੰ ਤਾਂ ਸੁਣੀਂਦੀਆਂ ਪਿਆ, ਤੁਹਾਨੂੰ ਹੀ ਸੁਣੀਂਦੀਆਂ ਪਿਆ ਸੁਣ। ਮਾਸ਼ਾਅੱਲਾ ਬਹੁਤ ਸਕੂਨ ਆਉਂਦਾ ਜਦੋਂ ਪਰਿੰਦਿਆਂ ਦੀ ਆਵਾਜ਼ਾਂ ਕੰਨਾਂ 'ਤੇ ਪਾਉਂਦੀਆਂ ਨਾ, ਪੁਰ ਸਕੂਨ ਬਹੁਤ ਜ਼ਿਆਦਾ। ਵੀ ਸੁਬਹਾ ਸੁਬਹਾ ਦੇ ਟਾਈਮ ਨਾ ਪਰਿੰਦੇ ਬੋਲਦੇ ਪੈਂਦੇ ਨੇ ਤਾਂ ਬਹੁਤ ਅੱਛਾ ਲੱਗਦਾ ਸੁਬਹਾ ਸੁਬਹਾ। ਸ਼ਹਿਰਾਂ 'ਚ ਤਾਂ ਦੇਰ ਰਾਤ ਬਸ ਗੱਡੀਆਂ ਦੇ ਹਾਰਾਂ ਨਹੀਂ ਵਗਦੇ ਰਹਿੰਦੇ ਨੇ, ਅਤੇ ਗਾਓਂ ਦੇ ਵਿੱਚ ਪਿੰਡਾਂ 'ਚ ਬੜਾ ਸੋਹਣਾ ਮਾਹੌਲ ਹੁੰਦਾ, ਬਹੁਤ ਸਕੂਨ ਹੁੰਦਾ ਮਾਸ਼ਾਅੱਲਾ। ਅਤੇ ਸੁਬਹਾ ਸੁਬਹਾ ਨਾ ਆ ਵੇਖੋ ਪਰਿੰਦੇ ਬੋਲਦੇ। ਬਾਕੀ ਅੰਮੀ ਜੋਰੀ ਸੁੱਤੇ ਹੋਏ ਨੇ ਅਜੇ, ਮੈਂ ਨਾਸ਼ਤੇ ਦੀ ਤਿਆਰੀ ਕਰਨੀ ਆ। ਆ ਵੇਖੋ ਸਾਰਿਆਂ ਦੇ ਬੂਹੇ ਉੱਠੇ ਹੋਏ ਨੇ, ਅੰਮੀ ਜੋਰੀ ਸੁੱਤੇ ਪਏ ਨੇ। ਕੀ ਪਤਾ ਅੱਜ ਉੱਤੇ ਖਤਮ ਹੈ, ਅਤੇ ਇਨਸ਼ਾਅੱਲਾ ਅੱਜ ਅਸੀਂ ਨਾ ਖਤਮ ਵਿੱਚ ਸ਼ਾਮਿਲ ਹੋਣਾ ਹੈ ਜਾ ਕੇ। ਅੱਲਾਹ ਤਾਲਾ ਉਹਨਾਂ ਦੀ ਮਗਫਰਤ ਫਰਮਾਵੇਣ, ਅਤੇ ਅੱਲਾਹ ਤਾਲਾ ਚਾਚੂ ਨੂੰ ਸਬਰ ਦੇਵੇਣ, ਉਹਨਾਂ ਦੇ ਬੱਚਿਆਂ ਬੱਚਿਆਂ ਨੂੰ ਸਬਰ ਦੇਵੇਣ। ਬਹੁਤ ਹੀ ਨਾ ਬਈ ਗਰੀਬ ਬੰਦੇ ਦੀ ਜ਼ਿੰਦਗੀ ਕੀ ਵੀ ਹੁੰਦੀ ਆ, ਜੋ ਵੀ ਹੈ ਅੱਲਾਹ ਤਾਲਾ ਦੀ ਮਰਜ਼ੀ ਹੁੰਦੀ ਹੈ। ਜੇ ਸਾਲ 'ਚ ਅੱਲਾਹ ਪਾਕ ਰੱਖੇ ਰਾਜ਼ੀ ਤਾਂ ਰਹਿਣਾ ਪੈਂਦਾ। ਬਾਕੀ ਅੱਲਾਹ ਉਹਨਾਂ ਨੂੰ ਸਬਰ ਦੇਵੇ, ਅਤੇ ਉਹਨਾਂ ਨੂੰ ਵਿਖਿੰਦਾ ਨਾ, ਉਹਨਾਂ ਨੂੰ ਸੰਭਾਲੀ ਬੈਠੇ ਹਨ। ਅੰਮਾ ਜੋਰੀ ਜਿਹੜੇ ਦੁਨੀਆ 'ਚ ਚਲੇ ਗਏ ਨੇ, ਉਹਨਾਂ ਬੱਚੀਆਂ ਦੀ ਯਾਦ, ਦੋਹਤਰੀਆਂ ਦੀ ਯਾਦ, ਬੇਟੀ ਦਾ ਬਹੁਤ ਖਿਆਲ ਰੱਖਦੇ ਹਨ। ਅਤੇ ਜਦੋਂ ਵੇਖਿਆ ਨਾ ਕੱਲ੍ਹ ਰੋਂਦਿਆਂ ਪਿਆ ਨੂੰ ਪਰਸੋਂ, ਵੀ ਆਹ ਹਾਲ ਇੰਨੇ, ਅਤੇ ਇਹਨਾਂ ਦਾ ਗੁਜ਼ਾਰਾ ਕਿਵੇਂ ਉਸ ਮਾਂ ਤੋਂ ਬਗੈਰ, ਕਿਉਂਕਿ ਘਰ ਤਾਂ ਉਹਨਾਂ ਜਿਹੜਾ ਹੈ ਟੁੱਟਿਆ ਹੋਇਆ, ਆਪਣੇ ਸਾਹਵਰਿਆਂ ਲਿਆ ਤਾਂ ਕੋਈ ਨਹੀਂ, ਸਾਹਵਰਿਆਂ ਨੂੰ ਛੱਡ ਸਟਿਆ। ਬੜਾ ਦੁੱਖ ਲੱਗਾ ਹਾ ਵੀ ਚਾਰ ਬੱਚੀਆਂ ਇਕੱਲੀਆਂ ਹੁਣ ਚਾਚੂ ਦੇ ਸਿਰ 'ਤੇ ਆ ਗਈਆਂ ਨੇ। ਬਾਕੀ ਅੱਲਾ ਤਾਲਾ ਖੈਰ ਕਰਸੀ, ਅਤੇ ਅੱਲਾ ਸਬਰ ਦਿਸ ਨੇ, ਅਤੇ ਅੱਲਾ ਮਦਦ ਕਰਸ ਨੇ, ਅਤੇ ਅੱਲਾ ਪਾਕ ਹਿਫਾਜ਼ਤ ਕਰਸੀ ਉਹਨਾਂ ਬੱਚੀਆਂ ਸਾਰਿਆਂ ਦੀ। ਮਾਵਾਂ ਤਾਂ ਮਾਵਾਂ ਹੁੰਦੀਆਂ ਨੇ, ਤੁਹਾਨੂੰ ਪਤਾ ਹੈ, ਮਾਂ ਤੋਂ ਬਗੈਰ ਦੁਨੀਆ 'ਤੇ ਕੋਈ ਹਾਲ ਨਹੀਂ ਹੁੰਦਾ। ਮਾਂ ਬਾਪ ਅੱਲਾ ਤਾਲਾ ਹਰ ਕਿਸੇ ਦਾ ਸਲਾਮਤ ਰੱਖੇ, ਦੁਆ ਕਰਨੇ ਆ ਅੱਲਾ ਤਾਲਾ ਸਭ ਦੇ ਮਾਂ ਬਾਪ ਨੂੰ ਸਲਾਮਤ ਰੱਖੇ ਆਪਣੇ ਬੱਚਿਆਂ 'ਚ। ਸੁਬਹਾ ਸੁਬਹਾ ਕੀੜੇ ਵੇਖਦੇ ਪਏ ਨੇ ਨਿਕਲੇ ਹੁੰਦੇ ਨੇ, ਅਤੇ ਰੋਜ਼ਾਨਾ ਇਹਨਾਂ ਦਾ ਨਾ ਪਾਣੀ ਪਵਿੰਦਾ। ਆ ਵੇਖੋ ਅੱਜ ਮੈਂ ਇਹਨਾਂ ਨੂੰ ਚਾਵਲ ਪਾਉਂਦੀ ਪਈ। ਅੱਲਾ ਤਾਲਾ ਇਹਨਾਂ ਦੇ ਸਦਕੇ ਸਾਰਿਆਂ ਨੂੰ ਖੁਸ਼ ਰੱਖੇ, ਅਤੇ ਅੱਲਾ ਪਾ ਕੇ ਇਹਨਾਂ ਦੇ ਸਦਕੇ ਹਰ ਡੇਰੇ ਜਾ ਕੇ 'ਚ ਬਰਕਤ ਪਾਵੇ। ਆ ਵੇਖੋ ਸੁਬਹਾ ਸੁਬਹਾ ਚੁਗ ਲਈ ਸਨ, ਆ ਯਾਦ ਗਾਰੇ 'ਚ ਨਾ ਲਾ ਕੇ ਵਗ ਜਾਸਨ, ਆ ਇਹਨਾਂ ਦੇ ਗਾਰੇ ਨੇ। ਆ ਵੇਖੋ ਅਤੇ ਸੁਬਹਾ ਸੁਬਹਾ ਐਨ ਨਿਕਲਦੇ ਪਏ। ਪਿੰਡ 'ਚ ਫੋਤਗੀ ਜਿੱਥੇ ਹੋਈ ਹੋਈ ਹੈ, ਅਤੇ ਬਿਓਰੀ ਵੀ ਆਏ ਹੋਏ ਹਨ, ਇਹ ਵੀ ਇੱਥੇ ਹੀ ਹਨ, ਇਹ ਵੀ ਹੁਣ ਘਰ ਜਾਓ ਨੇ, ਅਤੇ ਅਸੀਂ ਵੀ ਜਾਊ ਹਾਂ। ਹੋਰ ਸੁਣਾਓ, ਠੀਕ ਨੇ? ਠੀਕ ਠਾਕ। ਸਾਰੇ ਬਾਲ ਠੀਕ ਹੈ? ਠੀਕ ਸਾਰੇ। ਤਬੀਅਤ ਸਹੀ ਰਹਿੰਦੀ ਨੇ? ਚਲੋ ਸ਼ੁਕਰ ਹੈ। ਅੱਬਾ ਅਗਾਂਹ ਆ ਜਾਂਦਾ ਫਿਰ, ਅਤੇ ਬਾਕੀ ਸੈਰਾਂ ਦੇ ਪੈਰ 'ਤੇ ਸੱਟ ਲੱਗੀ ਹੋਈ ਹੈ, ਅਤੇ ਉਹ ਹੈ ਅਬਦੁੱਲਾ ਨਾਲ ਤੁਰੀ ਹੁੰਦੀ, ਹੌਲੋ ਹੌਲੋ ਤੁਰੀ ਆ। ਹਾਂ ਵੇਖੋ ਵੇਖੋ ਨੰਦੇ ਤੇ ਨਾ ਲੋ ਨਾ ਲੋ ਪਿੰਡ ਇਸ਼ਾਰਾ ਹੈਗੇ। ਓ ਬਾਜੀ ਕੋ ਸਾਰੀ ਤੁਰੀ ਆਉਂਦੀ,
ਹੈ ਦੂਰ ਹੈਗਾ ਅਸੀਂ ਬਾਜੀ ਕਹੋ ਸਰ ਔਰਾਂ ਲੈ ਜਾਂਦੇ ਪਿਆ ਇੱਥੋਂ ਹੋ ਕੇ ਤੇ ਮੋਟ ਅਸੀਂ ਗਾਰ ਸਨਾਟ ਨਾਲ ਟੁਰ ਮਰਿੰਦੀ ਨੇ ਕਿਤੇ ਬਾਜੀ ਕਹੋ ਸਰ ਔਰਾਂ ਦੇ ਘਰ ਤਾਂ ਅਸੀਂ ਆ ਗਏ ਆ ਜਾ ਸਹਿਰਾ ਮੋਬੀਨ ਬਾਜੀ ਵੀ ਇੱਥੇ ਆਈ ਤੇ ਖਲੇ ਆਣ ਪਤਨ ਕਿਤੇ ਗਏ ਅਸੀਂ ਉਦੋਂ ਰਲ ਕੇ ਆਏ ਹਾਂ ਆ ਜਾਓ ਆ ਜਾਓ ਹਾਂ ਸਹੀ ਹਾਂਜੀ ਤੁਸੀਂ ਹਾਂ ਇਹ ਸਾਰੇ ਇਸੇ ਤੇ ਰੱਖੇ ਨੇ ਹਾਲਾ ਇਵੇਂ ਗੱਲ ਹੈ ਮੇਰਾ ਸਾਰਾ ਜੋ ਤੁਹਾਡੇ ਸਿਰ ਤੇ ਹੈ ਹੁਣ ਅਜੋ ਕੋਈ ਨਹੀਂ ਆਇਆ ਤੇ ਅਜੋ ਖਲੇ ਨੇ ਗਰਮੀ ਹੈ ਬਹੁ ਗਣੀ ਤੁਹਾਡੇ ਤੋਂ ਬਗੈਰ ਘਰ ਦਾ ਹੀ ਕੋਈ ਨਹੀਂ ਹਾਲ ਤੇ ਇਹਨਾਂ ਦਾ ਹੀ ਕੋਈ ਨਹੀਂ ਹਾਲ ਬਸ ਹੁਣ ਅੱਲਾ ਦੀ ਮਰਜ਼ੀ ਹੈ ਅੱਲਾ ਮਾਲਿਕ ਹੈ ਠੀਕ ਨੇ ਆਹ ਮੇਰੇ ਦੇਵਰ ਹੈ ਨਾ ਤ੍ਰੇਈ ਮਾਸ਼ਾਅੱਲਾ ਇੱਕ ਆ ਚੌਥਾ ਭਰਾ ਮੂੰਹ ਕੀਤੀ ਖਲਾਈਦੇ ਕਰ ਗਫਾਰ ਹੋਰ ਠੀਕ ਹੈ ਆ ਵੇਖ ਹਾਂ ਕੰਮ ਚੋਣ ਠੀਕ ਠਾਕ ਇਹ ਲੱਗੇ ਹੋਏ ਨੇ ਅੱਗੇ ਵੇਖ ਉਸਨੇ ਮੁਰਗੀ ਵਾਲੇ ਫਾਰਮ ਵਿੱਚ ਮੁਰਗੀ ਫਾਰਮ ਵਿੱਚ ਅਲੀ ਕੋਈ ਨਹੀਂ ਲੱਗਾ ਹੋਇਆ ਨਾ ਤੂੰ ਤੇ ਰਮਜ਼ਾਨ ਚਲੋ ਸਹੀ ਅੰਡੇ ਵੀ ਲਾਏ ਆਂਦੇ ਇਹਨੇ ਉਹ ਵੀ ਲਾ ਕੇ ਜਾਂਦੇ ਆ ਚਲੋ ਚੰਗਾ ਹਾਂਜੀ ਅੰਡੇ ਲਾਏ ਆਂਦੇ ਇਹਨੇ ਵੀ ਲੈ ਜਾ ਹੋਰ ਕੀ ਵੀ ਲਈ ਜਾਂਦੇ ਆ ਹੋਰ ਠੀਕ ਆ ਉਹ ਵੀ ਉਹਦਾ ਹੀ ਨਿੰਦੇ ਪੈਣ ਹਾਂਜੀ ਆ ਛੱਪੜ ਡਿੱਗਾ ਅਟ ਕੇ ਕੋਈ ਨਹੀਂ ਨੇ ਗੱਤਿਆ ਕੀ ਕਰੀਏ ਮਹਿੰਗਾਈ ਇਤਨੀ ਗਣੀ ਹੈ ਸਹੀ ਹੈ ਅੱਗੇ ਰੀਤੂ ਉਹ ਦੇਖਦੇ ਬਸ ਕੀ ਕਰੀਏ ਇਵੇਂ ਗੱਲ ਹੈ ਇਵੇਂ ਗੱਲ ਹੈ ਕੋਈ ਨੀ ਅੱਲਾ ਤੇ ਸਿਰ ਤੇ ਆਏ ਨਾ ਬਸ ਅੱਲਾ ਦੇਸੀ ਹਾਂਜੀ ਇਨਸ਼ਾਅੱਲਾ ਅੱਲਾ ਮਦਦ ਕਰ ਸੀ ਤੁਹਾਡੀ ਚਲੋ ਸਾਰਾ ਮਾਲ ਵੀ ਅੱਗੇ ਰੀਤੂ ਸਿਆਲ ਦੇ ਵਿੱਚ ਡੇਟ ਹੋ ਗਿਆ ਕਰਸੀ ਤੇ ਨਾਲੇ ਆ ਦੇ ਨਾਲ ਝੁੱਲੇ ਵਾਲੀ ਬਣ ਜਾਂਦੇ ਨੇ ਲੱਗਾ ਹੋਇਆ ਹਾਂ ਅੱਗੇ ਬਸ ਪਰੇਸ਼ਾਨ ਨਾ ਹੋਏ ਕਰੋ ਅੱਲਾ ਦੇ ਸਾਰੇ ਦੇ ਆਉਂਦੇ ਨੇ ਵਾਧੇ ਘਾਟੇ ਪਰੇਸ਼ਾਨੀ ਤੇ ਬਾਜੀ ਇਸ ਗੱਲ ਨੂੰ ਆਉਂਦੀ ਨਾ ਬਾਜੀ ਹਾਂ
ਇਵੇਂ ਗੱਲ ਹੈ ਆ ਕੰਮ ਤੇ ਆ ਜਾਂਦੇ ਮੋੜ ਤੇ ਟੰਗੀਆਂ ਨਾ ਬੋਲ ਬਾਲ ਨਹੀਂ ਦੇਖਦੇ ਨਹੀਂ ਚਲ ਜਾਂਦੇ ਇਵੇਂ ਗੱਲ ਹੈ ਕੋਈ ਕਾਦ ਕਾਪੀ ਆ ਜ਼ਮਾਨਾ ਤਾਂ ਹੈ ਕੋਈ ਨਹੀਂ ਜ਼ਮਾਨਾ ਸੱਚੀ ਗੱਲ ਹੈ ਹਾਂ ਤੇ ਮੋੜੇ ਇਸ ਗੱਲੋਂ ਮੁਕੇ ਉੱਦੇ ਵੀ ਉਹ ਕੰਮ ਤੇ ਉੱਤੇ ਨੂੰ ਸੀ ਦੇ ਦਿੰਦਾ ਜੀ ਬਾਹਰ ਉਹ ਮੁਕ ਧਿਆਨ ਨਹੀਂ ਤੇ ਦੇ ਦਿੰਦਾ ਮੋੜੋ ਨਾਲੇ ਲਾ ਦੇ ਦਿੰਦਾ ਬਾਹਰ ਲਾ ਕੇ ਜੇ ਉਹ ਕੰਮ ਤੇ ਤੁਹਾਨੂੰ ਲਾ ਚੋਣ ਦੇ ਦਿੰਦਾ ਇਹ ਬੋਲੋ ਨਾਲੇ ਲਾ ਜਾਂਦੇ ਆ ਯਾਰ ਕੋਈ ਤੇ ਸੀ ਲੈ ਖਾਂ ਦੇ ਕਲਿਆਣ ਦੇ ਨਾਲ ਲੈ ਜਾਣ ਕੇ ਲਾ ਕੇ ਟੁਰੇ ਵਦੇ ਆ ਅਗਲੇ ਮਜਬੂਰੀ ਨਹੀਂ ਵੇਖਦੇ ਗੱਲ ਕਰ ਲੈਂਦੇ ਨੇ ਇਵੇਂ ਗੱਲ ਅੱਲਾ ਕਰਸੀ ਤੇ ਉਹ ਜੱਸੀ ਕੋਈ ਨੇਕ ਨਸੀਬ ਉਹ ਜਾ ਸੁਸਤ ਨਾਲੇ ਇੱਜ਼ਤ ਅੱਲਾ ਸਾਰਿਆਂ ਦੀ ਰੱਖੇ ਕੁੰਜ ਕੇ ਹਾਂ ਜ਼ਿੰਦਗੀਆਂ ਦੇਵੇ ਅੱਲਾ ਤਾਲਾ ਤੇ ਨੇਕ ਨਸੀਬ ਕਰੇ ਅੱਲਾ ਸਾਰਿਆਂ ਦੇ ਬੱਚਿਆਂ ਬੱਚਿਆਂ ਦੇ ਆਪਾਂ ਦੁਆ ਕਰ ਸਕਨੇ ਆ ਹਾਂਜੀ ਹਾਂ ਉੱਥੇ ਅਸੀਂ ਇਕੱਠੇ ਹੀ ਆਸੇ ਫੁੱਲੀਆਂ ਲੈ ਕੇ ਮੈਂ ਕਿਹਾ ਚਲੋ ਨਿਆਣੇ ਖਾ ਲੂ ਦਵਾਰ ਬਸ ਸਹੀ ਹੋ ਗਿਆ ਹੋਰ ਤਬੀਅਤ ਸਿਹਤ ਠੀਕ ਰਹਿੰਦੀ ਹੈ ਚਲੋ ਬੇਟੀ ਵੀ ਠੀਕ ਹੈ ਬਾਈ ਵੀ ਠੀਕ ਤੰਦਰੁਸਤੀ ਰੱਖੇ ਇਨਸਾਨ ਨੂੰ ਕੀ ਚਾਹੀਦਾ ਦੁਆਵਾਂ ਚਾਹੀਦੀਆਂ ਹੁੰਦੀਆਂ ਜਿਹੜੀਆਂ ਆਪਾਂ ਕਰਦੇ ਰਹਿੰਦੇ ਹਾਂ ਯਾਰ ਬਹਿਣ ਬਾਈ ਦੇ ਵਾਸਤੇ ਸੁੱਖ ਦੇਵੇ ਆਮੀਨ ਆਮੀਨ ਚਲੋ ਬਵੀਏ ਗਰਮੀ ਬੜੀ ਅੱਜ ਵੀ ਹਾਂਜੀ ਅਲਹਮਦੁਲਿਲਾ ਕਿ ਬੇਗਮਰੀ ਪਹਿਲੇ ਇੱਥੇ ਆ ਗਿਆ ਤੇ ਮੈਂ ਉਹਦੇ ਖਤਮ ਤੇ ਲਗਾ ਵਤਿਆ ਕਿ ਉਹ ਰੋਟੀ ਪਾਣੀ ਖਵਾਈਂਦਾ ਕਰਿੰਦਾ ਔਰ ਆਪਾਂ ਕੁਈਂਦਾ ਕੁਜਾਂਦਾ ਤੇ ਮੈਂ ਲੇਟ ਆ ਗਿਆ ਲੇਟ ਹੋ ਗਿਆ ਤੇ ਮੈਂ ਹੁਣ ਆਇਆ ਤੇ ਪਾਣੀ ਪੂਣੀ ਪੀਤਾ ਚਾਹ ਪਾਣੀ ਪੀਤਾ ਤੇ ਬਾਈ ਸਾਨੂੰ ਵੀ ਆ ਮਾਸ਼ਾਅੱਲਾ ਆ ਗਏ ਨੇ ਬੇਗਾਂ ਵੀ ਆ ਗਏ ਨੇ ਸਾਰੇ ਹੁਣ ਅਸੀਂ ਹੁਣ ਚੱਲੇ ਹਾਂ ਵਾਪਸ ਘਰ ਤੇ ਬਾਜੀ ਨੇ ਮੇਲ ਮੋੜ ਲਓ ਤੇ ਅੱਲਾ ਰੱਖੇ ਖੈਰ ਤੇ ਮੁੜ ਚੱਲੀਏ ਜਿੰਦੇ ਰਿਆ ਸਿਰ ਮੋੜ ਅੱਲਾ ਖੈਰ ਕਰ ਸੀ ਤੇ ਬਾਕੀ ਬਾਹਰ ਤਿਆਰੀ ਕੀਤੀ ਖਲੋਤੇ ਬਾਈ ਹੋਰ ਸਕੂਲ ਚਾੜ ਗਏ ਨੇ ਸਾਰਾ ਚੱਲੀਏ ਮਾਈ ਹਾਂਜੀ ਹਾਂਜੀ ਤੇ ਆ ਆਂਡੇ ਜਿਹੜੇ ਨਾ ਇਹ ਵੀ ਆਖਿਆ ਵੀ ਚਲੋ ਇਹ ਆਂਡੇ ਲਈ ਚੱਲ ਸਕਦੇ ਕੋਈ ਸਰਦੀਆਂ ਆਉਂਦੀਆਂ ਪਈਆਂ ਤੇ ਦੁਕਾਨ ਦੇ ਵਿੱਚ ਨਾ ਨਿਕਲੀ ਦੁਕਾਨ ਜਿਹੜੀ ਹੈ ਤੁਹਾਨੂੰ ਪਤਾ ਹੈ ਉੱਥੇ ਇੱਥੇ ਚਲੋ ਕੋਈ ਚਲੋ ਮੈਂ ਆ ਜਾ ਸਾਲਾ ਖੈਰ ਕਰ ਐਨਾ ਦਰਅਸਲ ਦੇ ਕੱਦਾਂ ਵੀ ਤੁਹਾਡੀਆਂ ਨੀਵੀਆਂ ਜੀ ਹਾਂ ਅੰਦਰੋਂ ਵੇਲੇ ਦੇ ਵਿੱਚੋਂ ਆਪ ਨਿਕਲ ਜਾਂਦੇ ਆ ਵੇਲੇ ਵਿੱਚ ਜਾਣਾ ਚਾਹੁੰਦੇ ਆ ਅੱਗ
ਦਾ ਉਹਦਾ ਪਰਸੋਂ ਅਸੀਂ ਆਇਆ ਬਾਹਰ ਤੇ ਆਈਆਂ ਤੋਂ ਜਾਣਾ।